ਚੋਣ ਨਤੀਜਿਆਂ ਦੇ ਬਾਅਦ ਐਕਸ਼ਨ ਦੇ ਵਿੱਚ ਕਾਂਗਰਸ ਦਿੱਲੀ ਦੇ ਵਿੱਚ ਸਵੇਰੇ 11 ਵਜੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਮੀਟਿੰਗ ਦੇ ਬਾਅਦ ਹੋਵੇਗੀ ਪ੍ਰੈਸ ਕਾਨਫਰੰਸ ਕਾਂਗਰਸ ਦੀ ਪਾਰਲੀਮੈਂਟਰੀ ਪਾਰਟੀ ਅਤੇ ਨਵੇਂ ਚੁਣੇ ਐਮ ਪੀ ਦੀ ਅੱਜ ਹੋਵੇਗੀ ਮੀਟਿੰਗ ਪਾਰਲੀਮੈਂਟ ਦੇ ਸੈਂਟਰਲ ਹਾਲ ਦੇ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਰਾਜ ਸਭਾ ਮੈਂਬਰ ਵੀ ਹੋਣਗੇ ਸ਼ਾਮਲ ਸ਼ਾਮ ਨੂੰ 7 ਵਜੇ ਹੋਟਲ ਅਸ਼ੋਕ ਦੇ ਵਿੱਚ ਹੋਏਗਾ ਡਿਨਰ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਦਾ ਸਮਾਂ ਤੈਅ ਕੱਲ੍ਹ ਸ਼ਾਮ 7:15 ਵਜੇ ਤੀਜੀ ਵਾਰ ਪੀਐਮ ਅਹੁਦੇ ਦੀ ਸਹੁੰ ਚੁੱਕਣਗੇ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ 'ਚ ਹੋਏਗਾ ਸਮਾਗਮ ਪੀਐਮ ਮੋਦੀ ਦਾ ਇੰਡੀਆ ਗੱਠਜੋੜ ਤੇ ਤੰਜ ਕਾਂਗਰਸ ਨੇ ਨਾਮ ਬਦਲਿਆ ਪਰ ਪਛਾਣ ਘੁਟਾਲਿਆਂ ਵਾਲੀ ਕਿਹਾ ਈਵੀਐਮ ਨੇ ਵਿਰੋਧੀਆਂ ਨੂੰ ਕਰਵਾਇਆ ਚੁੱਪ ਚੋਣ ਨਤੀਜਿਆਂ ਤੋਂ ਬਾਅਦ ਐਕਸ਼ਨ ਮੋਡ ਦੇ ਵਿੱਚ ਮੁੱਖ ਮੰਤਰੀ ਮਾਨ ਅੱਜ ਬਠਿੰਡਾ ਤੇ ਫਰੀਦਕੋਟ ਹਲਕੇ ਨੂੰ ਲੈ ਕੇ ਹੋਏਗੀ ਮੀਟਿੰਗ ਬੈਠਕ ਦੇ ਵਿੱਚ ਪਾਰਟੀ ਉਮੀਦਵਾਰ ਵਿਧਾਇਕ ਤੇ ਸੰਬੰਧਿਤ ਹਲਕਿਆਂ ਦੇ ਅਹੁਦੇਦਾਰ ਹੋਣਗੇ ਸ਼ਾਮਲ ਐਸਜੀਪੀਸੀ ਦੀ ਕਮੇਟੀ ਦੀ ਅੱਜ ਅਹਿਮ ਬੈਠਕ ਸਵੇਰੇ 11 ਵਜੇ ਐਸਜੀਪੀਸੀ ਮੁੱਖ ਦਫ਼ਤਰ 'ਚ ਹੋਏਗੀ ਮੀਟਿੰਗ ਲੋਕ ਸਭਾ 'ਚ ਨਵੇਂ ਚਿਹਰਿਆਂ ਦੇ ਉਭਾਰ ਤੋਂ ਬਾਅਦ ਪਹਿਲੀ ਮੀਟਿੰਗ ਕੰਗਨਾ ਥੱਪੜ ਕਾਂਡ ਵਿੱਚ ਦਰਜ ਹੋਈ ਐਫਆਈਆਰ ਕੁਲਵਿੰਦਰ ਕੌਰ ਤੇ ਧਾਰਾ 323 ਅਤੇ 341 ਦੇ ਤਹਿਤ ਦਰਜ ਹੋਇਆ ਪਰਚਾ ਕੰਗਨਾ ਦੇ ਨਾਲ ਚੰਡੀਗੜ੍ਹ ਏਅਰਪੋਰਟ ਤੇ ਬਦਸਲੂਕੀ ਦਾ ਇਲਜ਼ਾਮ ਪੰਜਾਬ ਦੇ ਵਿੱਚ ਪੁਲਿਸ ਦੇ ਵੱਡੇ ਅਫਸਰਾਂ ਦਾ ਤਬਾਦਲਾ 28 ਪੀਐਸ ਅਤੇ 1 ਪੀਪੀਐਸ ਅਫਸਰਾਂ ਦੀ ਬਦਲੀ ਰਾਹੁਲ ਐਸਪੀ ਲਾਇਆ ਵਿਜੀਲੈਂਸ ਦਾ ਡਾਇਰੈਕਟਰ ਨੀਲਮ ਕਿਸ਼ੋਰ ਨੂੰ ਦਿੱਤਾ ਐਸਟੀਐਫ ਦਾ ਚਾਰਜ ਬਰਨਾਲਾ ਦੇ ਵਿੱਚ ਕਿਸਾਨਾਂ ਨੇ ਇਮੀਗ੍ਰੇਸ਼ਨ ਏਜੰਟ ਤੋਂ ਇੱਕ ਪਰਿਵਾਰ ਦੇ ਮੁੜਵਾਏ 17.50 ਲੱਖ ਯਾਨੀ ਕਿ ਕਰੀਬ 17.5 ਲੱਖ ਰੁਪਏ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ਼ ਧੋਖਾਧੜੀ ਦਾ ਕੇਸ ਵੀ ਦਰਜ ਇਸ ਮਸਲੇ ਨੂੰ ਲੈ ਕੇ ਕਿਸਾਨਾਂ ਅਤੇ ਵਪਾਰੀਆਂ 'ਚ ਚੱਲੀਆਂ ਸੀ ਡੰਗ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਵਰਪਾਲ ਦੇ ਬੇਟੇ ਦੀ ਝਾਰਖੰਡ ਦੇ ਵਿੱਚ ਸੜਕ ਹਾਦਸੇ 'ਚ ਮੌਤ ਕੀਰਤਨ ਲਈ ਜਾ ਰਹੇ ਸਨ ਹਰਚਰਨਪ੍ਰੀਤ ਸਿੰਘ ਹਾਦਸੇ 'ਚ ਸਹੁਰੇ ਅਤੇ ਸਾਥੀ ਗੁਰਪ੍ਰੀਤ ਸਿੰਘ ਦੀ ਵੀ ਗਈ ਜਾਨ ਸਤਿ ਸ਼੍ਰੀ ਅਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਉਮੀਦ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਜਿਸ ਦਾ ਸਮਾਂ ਤੈਅ ਹੋ ਗਿਆ ਤਾਂ ਕੱਲ੍ਹ ਸ਼ਾਮ ਨੂੰ 7:15 ਵਜੇ ਸਹੁੰ ਚੁੱਕੀ ਜਾਏਗੀ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਸੋ ਦੱਸ ਦਈਏ ਕਿ ਰਾਸ਼ਟਰਪਤੀ ਭਵਨ ਦੇ ਵਿੱਚ ਸਹੁੰ ਚੁੱਕ ਸਮਾਗਮ ਹੋਏਗਾ ਪੀਐਮ ਮੋਦੀ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ ਔਰ ਰਾਸ਼ਟਰਪਤੀ ਨੂੰ ਮਿਲ ਕੇ ਸਮਰਥਨ ਪੱਤਰ ਸੌਂਪਿਆ ਗਿਆ ਹੈ ਕੱਲ੍ਹ ਸੰਸਦੀ ਦਲ ਦੀ ਬੈਠਕ ਹੋਈ ਸੀ ਐਨਡੀਏ ਦੀ ਜਿਸ ਦੇ ਵਿੱਚ ਸਾਰੇ ਹੀ ਜਿਹੜੇ ਸਹਿਯੋਗੀ ਪਾਰਟੀਆਂ ਨੇ ਐਨਡੀਏ ਦਾ ਹਿੱਸਾ ਨੇ ਜਿਹੜੀਆਂ ਪਾਰਟੀਆਂ ਤਾਂ ਉਹਨਾਂ ਨੇ ਸਮਰਥਨ ਦਿੱਤਾ ਰਾਜਨਾਥ ਸਿੰਘ ਨੇ ਪ੍ਰਸਤਾਵ ਰੱਖਿਆ ਸੀ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਔਰ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਵੀ 1 ਘੰਟੇ ਤੋਂ ਜ਼ਿਆਦਾ ਦਾ ਸੰਬੋਧਨ ਉਸ ਦੌਰਾਨ ਕੀਤਾ ਗਿਆ ਔਰ ਕੁੱਲ ਮਿਲਾ ਕੇ ਜੋ ਵੋਟਾਂ ਪਈਆਂ ਜੋ ਨਤੀਜੇ ਆਏ ਉਸਦਾ ਨਿਚੋੜ ਕੱਢਿਆ ਗਿਆ ਤਾਂ ਹੁਣ ਰਾਸ਼ਟਰਪਤੀ ਨੂੰ ਮਿਲ ਕੇ ਸਮਰਥਨ ਸੌਂਪ ਦਿੱਤਾ ਗਿਆ ਹੈ ਤਾਂ ਪੀਐਮ ਦੇ ਵਜੋਂ ਤੀਸਰੀ ਵਾਰ ਹੈਟ੍ਰਿਕ ਕਰਨ ਜਾ ਰਹੇ ਨੇ ਨਰਿੰਦਰ ਮੋਦੀ ਔਰ ਸੌਂ ਚੁੱਕਣਗੇ ਕੱਲ੍ਹ ਸ਼ਾਮ ਨੂੰ 7:00 ਵਜੇ 7:15 ਵਜੇ ਇਹ ਪ੍ਰੋਗਰਾਮ ਹੋਏਗਾ ਤਾਂ ਨਰਿੰਦਰ ਮੋਦੀ ਐਨਡੀਏ ਸੰਸਦੀ ਦਲ ਦੇ ਨੇਤਾ ਚੁਣੇ ਗਏ ਨੇ ਨਿਤੀਸ਼ ਅਤੇ ਨਾਇਡੂ ਨੇ ਦੱਸਿਆ ਕਿ ਸਮਰਥਨ ਦਿੱਤਾ ਹੈ ਮੋਦੀ ਨੇ ਇੰਡੀਆ ਗੱਠਜੋੜ ਤੇ ਨਿਸ਼ਾਨੇ ਸਾਧੇ 10 ਸਾਲ ਦੇ ਵਿੱਚ ਉਹਨਾਂ ਕਿਹਾ ਕਿ 100 ਸੀਟ ਵੀ ਨਹੀਂ ਲਿਆ ਸਕੀ ਕਾਂਗਰਸ ਤਾਂ ਇਹਨਾਂ ਦੇ ਘੁਟਾਲਿਆਂ ਨੂੰ ਨਹੀਂ ਭੁੱਲਿਆ ਦੇਸ਼ ਮੋਦੀ ਨੇ ਕਿਹਾ ਹੈ ਤਾਂ ਈਵੀਐਮ ਨੇ ਵਿਰੋਧੀਆਂ ਨੂੰ ਚੁੱਪ ਕਰਵਾ ਦਿੱਤਾ ਇਸਦਾ ਜ਼ਿਕਰ ਉਹਨਾਂ ਨੇ ਕੀਤਾ ਨਾਲ ਹੀ ਕਿਹਾ ਕਿ ਅਸੀਂ ਨਹੀਂ ਹਾਰੇ ਸਨ ਅਸੀਂ ਨਾ ਅਸੀਂ ਹਾਰੇ ਸੀ ਨਾ ਹੀ ਹਾਰਾਂਗੇ ਤਾਂ ਦੇਸ਼ ਦੇ 22 ਸੂਬਿਆਂ ਦੇ ਵਿੱਚ ਐਨਡੀਏ ਦੀ ਸਰਕਾਰ ਹੈ ਉਹਨਾਂ ਨੇ ਜ਼ਿਕਰ ਕੀਤਾ ਤਾਂ ਪੀਐਮ ਨੇ ਇਹ ਵੀ ਕਿਹਾ ਕਿ ਸਰਦਾਰ ਬਾਦਲ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਐਨਡੀਏ ਦੇ ਵਿੱਚ ਬਾਦਲ ਸਾਹਿਬ ਦਾ ਵੱਡਾ ਯੋਗਦਾਨ ਹੈ ਐਨਡੀਏ ਨੇ 3 ਦਹਾਕਿਆਂ ਦਾ
ਸਫ਼ਰ ਆਪਣਾ ਪੂਰਾ ਕੀਤਾ ਹੈ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਿਤੀਸ਼ ਮੋਦੀ, ਚਿਰਾਗ ਮੋਦੀ ਔਰ ਨਾਇਡੂ ਮੋਦੀ। ਤਾਂ ਮੋਦੀ ਦਾ ਸਨਮਾਨ ਔਰ ਐਨਡੀਏ ਲੀਡਰ ਨਰਿੰਦਰ ਮੋਦੀ। हमारा ये अलायंस सच्चे अर्थ में भारत की असली जो स्पिरिट है, जो भारत का आत्मा है, भारत की जड़ों में जो रचा बसा है, उसका एक अर्थ में प्रतिबिंब है। और मैं इसलिए कह रहा हूं कि थोड़ी नजर करें, हमारे देश में 10 ऐसे राज्य जहां हमारे आदिवासी बंधुओं की संख्या प्रभावी रूप से है, निर्णायक रूप से है, जहां इस आबादी आदिवासियों की ज्यादा है। ऐसे 10 राज्यों में से 7 राज्यों में एनडीए सेवा कर रहा है। साथियों, हम सर्व पंथ संभाव के हमारे संविधान को समर्पित है। ਤਾਂ ਸੀਨੀਅਰ ਲੀਡਰਾਂ ਨੂੰ ਮਿਲੇ ਨੇ ਨਰਿੰਦਰ ਮੋਦੀ ਔਰ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ। 3 ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ। ਤਾਂ ਮੁਰਲੀ ਮਨੋਹਰ ਜੋਸ਼ੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਰਾਮਨਾਥ ਕੋਵਿੰਦ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਤਾਂ ਇਹ 3 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਲ ਕ੍ਰਿਸ਼ਨ ਅਡਵਾਨੀ। ਸੋ ਦੱਸ ਦਈਏ ਕਿ ਬੇਗਦ ਸੀਨੀਅਰ ਨੇਤਾ ਬੀਜੇਪੀ ਦੇ ਔਰ ਜਿਹਨਾਂ ਦੇ ਨਾਲ ਮੁਲਾਕਾਤ ਹੋਈ। ਸੋ ਦੱਸ ਦਈਏ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਜਿਹੜਾ ਹੈ ਉਹ ਵੀ ਦਿੱਤਾ ਗਿਆ ਹੈ। ਤਾਂ ਮੁਰਲੀ ਮਨੋਹਰ ਜੋਸ਼ੀ ਦੇ ਨਾਲ ਮੁਲਾਕਾਤ ਹੋਈ ਹੈ ਔਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਨਰਿੰਦਰ ਮੋਦੀ ਉਹਨਾਂ ਨੂੰ ਉਹਨਾਂ ਦੇ ਵੱਲੋਂ। ਤਾਂ ਰਾਮਨਾਥ ਕੋਵਿੰਦ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਤਾਂ ਕੁੱਲ ਮਿਲਾ ਕੇ ਇਹ 3 ਤਸਵੀਰਾਂ। ਤਾਂ ਗਾਂਧੀ ਪਰਿਵਾਰ ਨੂੰ ਮਿਲੇ ਨੇ ਅਮੇਠੀ ਦੇ ਐਮ ਪੀ ਕਿਸ਼ੋਰੀ ਲਾਲ। ਦਿੱਲੀ ਦੇ ਵਿੱਚ ਗਾਂਧੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਕਿਸ਼ੋਰੀ ਲਾਲ ਨੇ। ਰਾਹੁਲ ਗਾਂਧੀ ਨੇ ਕਿਸ਼ੋਰੀ ਲਾਲ ਦਾ ਮੂੰਹ ਮਿੱਠਾ ਕਰਵਾਇਆ ਹੈ ਔਰ ਅਮੇਠੀ ਦੀ ਚੋਣ ਨੂੰ ਲੈ ਕੇ ਦੱਸੀ ਕਿ ਗੱਲਬਾਤ ਹੋਈ ਹੈ। ਤਾਂ ਗਾਂਧੀ ਪਰਿਵਾਰ ਨਾਲ ਬਹੁਤ ਪੁਰਾਣੇ ਰਿਸ਼ਤਿਆਂ ਨੂੰ ਯਾਦ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਕਿਸ਼ੋਰੀ ਲਾਲ ਨੇ ਸਮ੍ਰਿਤੀ ਇਰਾਨੀ ਨੂੰ, ਵੱਡੇ ਆਗੂ ਬੀਜੇਪੀ ਦੇ ਜਿਹਨਾਂ ਨੂੰ ਹਰਾਇਆ ਹੈ ਅਮੇਠੀ ਤੋਂ, ਇਸ ਵਾਰ ਚੋਣ ਮੈਦਾਨ ਦੇ ਵਿੱਚ ਖੁਦ ਗਾਂਧੀ ਪਰਿਵਾਰ 'ਚੋਂ ਕੋਈ ਨਹੀਂ ਉਤਰਿਆ ਬਲਕਿ ਕਿਸ਼ੋਰੀ ਲਾਲ ਜੋ ਬੇਹੱਦ ਕਰੀਬੀ ਮੰਨੇ ਜਾਂਦੇ ਨੇ ਗਾਂਧੀ ਪਰਿਵਾਰ ਦੇ, ਤਾਂ ਉਹਨਾਂ ਦੇ ਨਾਲ ਦੱਸ ਦਈਏ ਉਹਨਾਂ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ। ਖਾਸ ਤੌਰ 'ਤੇ ਰਾਜੀਵ ਗਾਂਧੀ ਦੇ ਬੇਹੱਦ ਹੀ ਕਰੀਬੀ ਸਨ ਕਿਸ਼ੋਰੀ ਲਾਲ ਔਰ ਜਿਸ ਤੋਂ ਬਾਅਦ ਇਹ ਤਸਵੀਰਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਜਦੋਂ ਮੁਲਾਕਾਤ ਹੋਈ ਹੈ। ਸਾਂਸਦ ਜੀ ਕੈਸੇ ਹੋ ਆਪ? ਮੈਂ ਤਾਂ ਆਪਕੀ ਵੈਰੀ ਗੁੱਡ। ठीक है, तो कैसा था चुनाव? बैठो बैठो। नमस्कार नमस्कार, कैसे हैं? खुश हैं? बहुत खुश आपने सब किया, आपके बदौलत ही सब। मैंने क्या किया? नहीं, नहीं आपने, आपने किया, किया, किया आपने किया, सब आपने किया। 40 साल चलो। अमेठी टोटली इमोशनल है टुवर्ड गांधी फैमिली। ये मैंने मतलब आज से नहीं सबसे देख रहा हूँ। ठीक है, अब मैडम का पहला इलेक्शन 99 में हम ही लोग इसी कमरे में जिद करके लेके गए थे कि मैडम वाला लड़ी है आप, कुछ मेरी है।
तो प्रियंका जी ने साथ दिया उस समय मेरा, तो मैं क्या बनाइए तो हाँ दोनों ने दिया। यूपी में कांग्रेस का परफॉर्मेंस कैसा लगा आपको? ये अच्छा लगा भैया, शाबाश भैया, चलिए बहुत अच्छा लगा मेरे को। आपने शेर बच्चा पैदा किया। क्योंकि मैं शेर नहीं हूँ। अरे ਅੱਗੇ ਵਧਾਂਗੇ ਤਾਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਮੰਥਨ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਪਟਿਆਲਾ ਅਤੇ ਫਿਰੋਜ਼ਪੁਰ ਸੀਟਾਂ ਨੂੰ ਲੈ ਕੇ ਦੱਸਦੀ ਕਿ ਚਰਚਾ ਹੋਈ ਔਰ ਉਮੀਦਵਾਰਾਂ ਮੰਤਰੀਆਂ ਅਤੇ ਵਿਧਾਇਕਾਂ ਤੋਂ ਫੀਡਬੈਕ ਲਈ ਗਈ ਹੈ। ਤਾਂ ਪਟਿਆਲਾ ਫਿਰੋਜ਼ਪੁਰ ਸੀਟਾਂ ਤੋਂ ਦੱਸਦੀ ਕਿ ਹਾਰ ਗਈ ਹੈ ਆਮ ਆਦਮੀ ਪਾਰਟੀ ਔਰ ਪੂਰੇ ਪੰਜਾਬ ਦੇ ਵਿੱਚੋਂ ਮਹਿਜ 3 ਸੀਟਾਂ ਹੀ ਜਿੱਤ ਸਕੀ ਹੈ। ਪਰ ਇਸ ਤੋਂ ਬਾਅਦ ਮੰਥਨ ਕੀਤਾ ਜਾ ਰਿਹਾ। ਪਟਿਆਲਾ ਤੋਂ ਬਲਬੀਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ ਤਾਂ ਮੰਤਰੀ ਅਹੁਦੇ 'ਤੇ ਤੈਨਾਤ ਨੇ ਤਾਂ ਵੱਡੇ ਆਗੂ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਜਿੱਤ ਹਾਸਲ ਕਰਦੇ ਹੋਏ ਨਜ਼ਰ ਨਹੀਂ ਆਏ। ਹਾਲਾਂਕਿ ਰੁਝਾਨਾਂ 'ਚ ਅੱਗੇ ਪਿੱਛੇ ਜ਼ਰੂਰ ਆਮ ਆਦਮੀ ਪਾਰਟੀ ਜਿਹੜੀ ਹੁੰਦੀ ਹੋਈ ਨਜ਼ਰ ਆਈ ਸੀ, ਪਰ ਆਖਿਰ ਫੈਸਲਾ ਡਾਕਟਰ ਧਰਮਵੀਰ ਗਾਂਧੀ ਦੇ ਹੱਕ 'ਚ ਆਇਆ ਤਾਂ ਫਿਰੋਜ਼ਪੁਰ ਸੀਟ ਨੂੰ ਲੈ ਕੇ ਵੀ ਮੰਥਨ ਹੋਇਆ। ਐਗਜੈਕਟਲੀ ਸਿਰਫ 1900 ਵੋਟ ਦੇ ਉੱਪਰ ਜਿਹੜੀ ਫਿਰੋਜ਼ਪੁਰ ਦੀ ਸੀਟ ਅਸੀਂ ਲੂਜ਼ ਕੀਤੀ ਆ, ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਲੋਕਲ ਫੈਕਟਰ ਵੀ ਕਾਊਂਟ ਕੀਤੇ ਆ। ਹਰ ਹਲਕੇ ਦੇ ਉੱਪਰ ਕਿਤੇ BJP ਡੋਮੀਨੇਟ ਕਰ ਗਈ ਜਾਂ ਕੋਈ ਕਾਸਟ ਦੇ ਬੇਸ 'ਤੇ ਵੋਟ ਹੋਈ ਜਿਹੜੀ ਅਸੀਂ ਰਾਜ ਸਿੱਖ ਨਾਲ ਜੁੜੀ ਹੋਈ, ਬਹੁਤੇ ਹਲਕਿਆਂ 'ਚ ਇਸ ਤਰ੍ਹਾਂ ਵੀ ਹੋਇਆ। ਸੋ ਅਲੱਗ ਅਲੱਗ ਫੈਕਟਰ ਕਾਊਂਟ ਕੀਤੇ ਆ, ਸੋ ਅਸੀਂ ਉਹਨਾਂ 'ਤੇ ਧਿਆਨ ਦੇਵਾਂਗੇ, ਉਹਨਾਂ ਕਮੀਆਂ ਨੂੰ ਵੀ ਦੂਰ ਕਰਾਂਗੇ। ਕਮੀਆਂ ਦੇਖੋ ਜਿਵੇਂ ਮਤਲਬ ਇੱਕ ਤਾਂ ਜੀ BJP ਦਾ ਜਿਹੜਾ ਮਤਲਬ ਚੱਲਿਆ ਕਿ BJP ਜਿਹੜੀ ਹੈ ਬਹੁਤ ਜ਼ਿਆਦਾ ਐਕਸਟਰਾ ਵੋਟ ਲੈ ਗਈ ਸ਼ਹਿਰਾਂ ਦੇ ਵਿੱਚ, ਔਰ ਪਿੰਡਾਂ ਦੇ ਵਿੱਚ ਜਿੱਥੇ ਉਹਨੂੰ ਵੜਨ ਨਹੀਂ ਸੀ ਦਿੱਤਾ ਜਾ ਰਿਹਾ ਉੱਥੇ ਵੀ 20-20 ਪੰਜਾਬੀਆਂ ਕਈ ਪਿੰਡਾਂ 'ਚ 100-100 ਵੋਟ ਵੀ ਲਈ ਆ, ਵੀ ਕਿਵੇਂ ਲਈ ਆ, ਉਹਨੇ ਕੀ ਕਾਰਨ ਉਹਦਾ ਬਣਿਆ। ਉਹਨਾਂ ਦੀ ਆਪਣੀ ਰਣਨੀਤੀ ਆ, BJP ਦਾ ਆਪਣਾ ਏਜੰਡਾ। ਅਸੀਂ ਸਰਕਾਰ ਦੇ ਵਿੱਚ ਹਾਂ ਔਰ ਅਸੀਂ ਉਹ ਹੁਣ ਪਿੰਡਾਂ 'ਚ ਮੀਟਿੰਗਾਂ ਕਰਕੇ ਅਸੀਂ ਕਲੀਅਰ ਕਰਾਂਗੇ ਜੀ। ਹਜ਼ਾਰ ਰੁਪਈਆ ਵੀ ਫੈਕਟਰ ਰਿਹਾ, ਹਜ਼ਾਰ ਰੁਪਏ ਦਾ ਫੈਕਟਰ ਰਿਹਾ ਜੀ, ਉਹ ਰਿਹਾ ਫੈਕਟਰ ਜੀ, ਪਰ ਮੁੱਖ ਮੰਤਰੀ ਸਾਹਿਬ ਕਹਿੰਦੇ 1000 ਨਹੀਂ, ਅਸੀਂ 1100 ਦੇਵਾਂਗੇ ਜੀ। ਬਹੁਤ ਜਲਦੀ ਇਹ ਖੁਸ਼ਖਬਰੀ ਪੰਜਾਬ ਨੂੰ ਮਿਲਣ ਵਾਲੀ। ਤਾਂ ਪੰਜਾਬ ਦੇ ਨਤੀਜਿਆਂ ਤੋਂ ਹਤਾਸ਼ ਅਕਾਲੀ ਦਲ ਅਤੇ BJP ਆਤਮ ਮੰਥਨ ਕਰਨ ਔਰ ਉਸ ਤੋਂ ਪਹਿਲਾਂ ਹੀ ਲੀਡਰਾਂ ਦੇ ਬਿਆਨਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਚਰਚਾ ਇੱਕ ਵਾਰ ਫਿਰ ਹੈ ਕਿ ਗੱਠਜੋੜ ਤੋਂ ਲੈ ਕੇ ਪਾਰਟੀ ਦੇ ਜਥੇਬੰਧਕ ਢਾਂਚੇ ਤੱਕ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਪੰਜਾਬ ਦੇ ਵੋਟਾਂ ਪੈਣੀਆਂ ਪਿਛਲੇ ਕੁਝ ਸਮੇਂ ਤੋਂ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਦੇ 72 ਘੰਟਿਆਂ ਵਿੱਚ ਹੀ ਅਕਾਲੀ ਦਲ ਅਤੇ BJP ਦੇ ਪੰਜਾਬ ਲੀਡਰਾਂ ਦੇ ਵੱਖ ਵੱਖ ਬਿਆਨ ਵੀ ਆ ਰਹੇ ਨੇ ਅਤੇ ਇਸ ਲਿਸਟ ਦੇ ਵਿੱਚ ਮਨਪ੍ਰੀਤ ਇਯਾਲੀ ਦਾ ਨਾਮ ਖੂਬ ਸੁਰਖੀਆਂ 'ਚ ਹੈ। ਰਾਸ਼ਟਰਪਤੀ ਚੋਣਾਂ ਦੇ ਦੌਰਾਨ ਦਬੀ ਜ਼ਬਾਨ ਦੇ ਵਿੱਚ ਬਗਾਵਤ ਦਾ ਝੰਡਾ ਚੁੱਕਣ ਵਾਲੇ ਇਯਾਲੀ ਹੁਣ ਖੁੱਲ੍ਹ ਕੇ ਬਗਾਵਤ 'ਤੇ ਉੱਤਰ ਆਏ ਨੇ ਅਤੇ ਪਾਰਟੀ ਹਾਈਕਮਾਨ 'ਤੇ ਸਿੱਧਾ ਸਵਾਲ ਚੁੱਕਦੇ ਹੋਏ ਮਨਪ੍ਰੀਤ ਇਯਾਲੀ ਨੇ ਪਾਰਟੀ ਸਰਗਰਮੀਆਂ ਤੋਂ ਖੁਦ ਨੂੰ ਦੂਰ ਕਰਨ ਦਾ ਐਲਾਨ ਕਰ ਦਿੱਤਾ। ਇਯਾਲੀ ਨੇ ਫੇਸਬੁੱਕ ਦੇ ਉੱਤੇ ਪੋਸਟ ਕੀਤਾ ਅਤੇ ਲਿਖਿਆ, ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ ਹੈ। ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਮੱਤਾ ਰਿਹਾ, ਪਰ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਦੇ ਵੱਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ 'ਤੇ ਸਿਧਾਂਤਕ ਗਿਰਾਵਟ ਆਈ ਹੈ। ਪਾਰਟੀ ਪਹਿਲਾਂ ਕਿਸਾਨੀ ਅਤੇ ਮੌਜੂਦਾ ਸਮੇਂ 'ਚ ਪੰਜਾਬ ਦੇ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਣਨ ਦੇ ਵਿੱਚ ਅਸਫਲ ਰਹੀ। ਕਿਸਾਨੀ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ਦੇ ਉੱਤੇ ਮਜ਼ਬੂਤ ਕੀਤਾ ਜਾ ਸਕੇ।
ਰੈਲੀ ਤੋਂ ਪਹਿਲਾਂ ਅਨੰਦਪੁਰ ਸਾਹਿਬ ਤੋਂ ਹਾਰ ਦਾ ਸਾਹਮਣਾ ਕਰਨ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਚੋਣਾਂ ਦੇ ਵਿੱਚ ਪਾਰਟੀ ਦੀ ਨੀਤੀ ਨੂੰ ਲੈ ਕੇ ਸਵਾਲ ਚੁੱਕ ਚੁੱਕੇ ਨੇ ਕਿ ਖਡੂਰ ਸਾਹਿਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਉਹ ਫਰੀਦਕੋਟ ਦੇ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਨਾਲ ਤੁਹਾਨੂੰ ਖੜਨਾ ਚਾਹੀਦਾ ਸੀ, ਉਹਨਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਤੁਹਾਨੂੰ ਲੈਣਾ ਚਾਹੀਦਾ ਸੀ? ਦੇਖੋ ਗੱਲ ਇਹ ਆ ਵੀ ਜਦੋਂ ਚੋਣ ਲੜਨ ਦਾ ਤਾਂ ਹਰ ਇੱਕ ਨੂੰ ਹੱਕ ਆ, ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਚੋਣ ਕਿਉਂ ਲੜਦਾ ਜਾਂ ਮਤਲਬ ਏ ਬੀ ਸੀ ਕੋਈ ਹੋਵੇ, ਮਤਲਬ ਉਹਦੇ 'ਚ ਹਾਂ ਫੈਸਲਾ ਜਿਹੜਾ ਹੈ ਪਾਰਟੀ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਵੀ ਜਿਹੜੀ ਸਾਡੀ ਹਾਰ ਦਾ ਵੱਡਾ ਕਾਰਨ ਇਹ ਬਣਿਆ ਵੀ ਅਸੀਂ ਕੋਈ ਕੋਈ ਧਿਰ ਨਾ ਬਣ ਸਕੇ ਇੱਧਰ ਉੱਧਰ, ਨਾ ਇੱਧਰ ਕੇ ਨਾ ਉੱਧਰ ਕੇ ਵਾਲੀ ਗੱਲ, ਨਾ ਕਿਸੇ ਰੇਲ ਦੀ ਸਵਾਰੀ ਨਾ ਬਣ ਕਰਕੇ ਅਕਾਲੀ ਦਲ ਦਾ ਇਹ ਨੁਕਸਾਨ ਹੋਇਆ ਜੋ ਹੱਦ ਹੋਈ। ਉਧਰ ਪੰਜਾਬ ਦੇ ਵਿੱਚ ਖਾਤਾ ਨਾ ਖੁੱਲਣ ਤੋਂ ਬਾਅਦ ਪੰਜਾਬ ਬੀਜੇਪੀ ਦੇ ਆਗੂ ਵੀ ਅਕਾਲੀ ਦਲ ਦੇ ਨਾਲ ਵਾਪਸ ਗੱਠਜੋੜ ਦੀ ਵਕਾਲਤ ਕਰ ਰਹੇ ਨੇ। ਤੁਹਾਨੂੰ ਲੱਗਦਾ ਅਲਾਇੰਸ ਹੋਣਾ ਚਾਹੀਦਾ ਭਵਿੱਖ ਦੇ ਵਿੱਚ? ਹਾਂ, ਜਿਹੜੇ ਦੋਸਤ ਹੁੰਦੇ ਆ ਜੇ ਉਹ ਕਿਸੇ ਗੱਲੋਂ ਡਿਫਰੈਂਸਿਸ ਹੋ ਜਾਣ ਉਹਨਾਂ ਦੇ, ਉਹ ਜੇ ਰੀਯੂਨੀਅਨ ਹੋ ਜਾਏ ਤਾਂ ਉਹਦੇ ਵਿੱਚ ਕੋਈ ਹਰਜ ਨਹੀਂ ਹੈ, ਅਸੀਂ ਤਾਂ ਮਿਲਾਉਣ ਵਾਲਿਆਂ ਵਿੱਚ ਹੀ ਹਾਂ। ਮੈਨੂੰ ਨੀ ਪਤਾ ਹੋਣਾ ਚਾਹੀਦਾ ਨੀ, ਲੇਕਿਨ ਮੈਂ ਦੋਸਤੀ ਦੇ ਤੌਰ ਤੇ ਕਹਿੰਦਾ ਜੇ ਦੋਸਤੀ ਦਿਲੋਂ ਸੀਗੀ, ਜੇ ਦਿਲੋਂ ਸੀਗੀ ਤੇ ਰੀਯੂਨੀਅਨ ਹੋ ਜਾਣੀ ਚਾਹੀਦੀ ਆ, ਤੇ ਜੇ ਨਹੀਂ ਸੀ ਦਿਲੋਂ ਤੇ ਫਿਰ ਅਲੱਗ ਅਲੱਗ ਹੀ ਠੀਕ ਹੈ। ਅਲੱਗ ਅਲੱਗ ਰਹਿ ਕੇ ਵੀ ਪਰਸੈਂਟੇਜ ਤਾਂ ਵਧੀ ਹੈ ਨਾ। ਅਕਾਲੀ ਦਲ ਤੇ ਬੀਜੇਪੀ ਦਾ ਪੰਜਾਬ ਚ ਪ੍ਰਦਰਸ਼ਨ ਪਾਰਟੀ ਆਗੂਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਰਿਹਾ ਹੈ, ਪਰ ਆਪਣੀ ਹੀ ਪਾਰਟੀ ਦੇ ਅੰਦਰੋਂ ਉੱਠਦੇ ਬਗਾਵਤੀ ਸੁਰ ਅਕਾਲੀ ਦਲ ਦੇ ਚੋਟੀ ਦੇ ਆਗੂਆਂ ਦੇ ਲਈ ਮੁਸੀਬਤਾਂ ਦਾ ਪਹਾੜ ਜ਼ਰੂਰ ਖੜਾ ਕਰ ਰਹੇ ਨੇ। ਚੰਡੀਗੜ੍ਹ ਤੋਂ ਪੰਕਜ ਕਪਾਹੀ ਤੇ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਉਧਰ ਅਕਾਲੀ ਦਲ ਦੇ ਨਾਲ ਗੱਠਜੋੜ ਤੇ ਸੁਨੀਲ ਜਾਖੜ ਦਾ ਬਿਆਨ ਆਇਆ ਹੈ, ਉਹਨਾਂ ਕਿਹਾ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਹੁੰਦਾ ਤਾਂ ਫਾਇਦਾ ਹੁੰਦਾ, ਤਾਂ ਸਿਆਸੀ ਤੌਰ ਤੇ ਦੋਵੇਂ ਧਿਰਾਂ ਨੂੰ ਫਾਇਦਾ ਹੁੰਦਾ ਹੈ। ਸੁਨੀਲ ਜਾਖੜ ਕਹਿ ਰਹੇ ਨੇ ਪੰਜਾਬ ਦੀ ਸੱਭਿਆਚਾਰਕ ਸਾਂਝ ਦੇ ਲਈ ਵੀ ਸਮਝੌਤਾ ਜ਼ਰੂਰੀ ਸੀ। ਜਾਖੜ ਨੇ ਕਿਹਾ ਹੈ ਪੀਐਮ ਅਤੇ ਗ੍ਰਹਿ ਮੰਤਰੀ ਨੂੰ ਪੰਜਾਬ ਤੇ ਨਜ਼ਰ ਰੱਖਣੀ ਚਾਹੀਦੀ ਹੈ, ਤਾਂ ਕੁੱਲ ਮਿਲਾ ਕੇ ਵੱਡੀ ਹਾਰ ਬੀਜੇਪੀ ਦੀ ਜ਼ਰੂਰ ਹੋਈ ਹੈ ਕਿਉਂਕਿ ਵੋਟ ਸ਼ੇਅਰ ਬੇਸ਼ੱਕ ਵਧਿਆ ਹੈ ਪਰ ਇੱਕ ਵੀ ਸੀਟ ਲੈਣ 'ਚ ਕਾਮਯਾਬ ਨਹੀਂ ਹੋਈ, ਤਾਂ ਜਿਸ ਤੋਂ ਬਾਅਦ ਇਹ ਚਰਚਾ ਛਿੜੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਹੋਣਾ ਚਾਹੀਦਾ ਸੀ, ਜਿਸ ਦੀ ਹਿਮਾਇਤ ਕਰਦੇ ਹੋਏ ਸੁਨੀਲ ਜਾਖੜ ਨਜ਼ਰ ਆਏ। क्या लगता है आपको कि गठबंधन ना होने का कारण भी एक रहा इसमें इफेक्ट रहा? देखिए, आज इन बातों पे चर्चा करना डेफिनेटली, देखिए गठबंधन का राजनीतिक तौर पे फायदा बिल्कुल मिलना था, परंतु जिन वो नुकसान एक तरफ रख के आज जिस नुकसान के प्रति मैं चिंतित हूँ, राष्ट्र को भी और प्रधानमंत्री और खासतौर पर गृह मंत्री को पंजाब के ऊपर निगाह रखने की जरूरत है कि एकमात्र जो भावना मेरी थी उस गठबंधन को लेके अकाली दल और बीजेपी के अंदर इस गठबंधन होना चाहिए, वो सिर्फ राजनीति तक सीमित नहीं था, वो था आज पंजाब के अंदर अमन शांति के ऊपर जिस किस्म की बुरी आंख विदेश की ताकतें रखती हैं और जिस तरह से रेडिकल और कट्टरपंथी विचारधारा को बढ़ावा मिला है पंजाब के अंदर, उसको रोकने के लिए समझौता जरूरी था। उधर कंगना ਥੱਪੜ ਕਾਂਡ ਦੇ ਵਿੱਚ FIR ਦਰਜ ਹੋ ਗਈ ਹੈ ਤਾਂ ਕੁਲਵਿੰਦਰ ਕੌਰ ਦੇ ਖਿਲਾਫ਼ ਪਰਚਾ ਦਰਜ ਹੋਇਆ ਹੈ। IPC ਦੀ ਧਾਰਾ 323 341 ਦੇ ਤਹਿਤ FIR ਦਰਜ ਹੋਈ ਹੈ, ਜਾਣ ਬੁੱਝ ਕੇ ਝਗੜਾ ਕਰਨ ਤੇ ਸੱਟ ਮਾਰਨ ਦੇ ਇਲਜ਼ਾਮ ਲੱਗੇ। ਕੁਲਵਿੰਦਰ ਕੌਰ ਪਹਿਲਾਂ ਹੀ ਦੱਸ ਦਈਏ ਕਿ ਸਸਪੈਂਡ ਹੋ ਚੁੱਕੇ ਨੇ, ਹਾਲਾਂਕਿ ਇਸ ਨੂੰ ਲੈ ਕੇ ਲਗਾਤਾਰ ਇਸ ਸਾਰੇ ਮਾਮਲੇ ਨੂੰ ਲੈ ਕੇ ਸਿਆਸੀ ਤੌਰ 'ਤੇ ਵੀ ਬਵਾਲ ਉੱਠਦਾ ਹੋਇਆ ਕਾਫ਼ੀ ਨਜ਼ਰ ਆ ਰਿਹਾ ਹੈ ਔਰ ਉਂਝ ਵੀ ਕਿਸਾਨ ਜਥੇਬੰਦੀਆਂ ਔਰ ਹੋਰ ਕਈ ਜਿਹੜੇ ਲੋਕ ਨੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਵੀ ਆਉਂਦੇ ਹੋਏ ਨਜ਼ਰ ਆਏ ਨੇ। ਤਾਂ ਦੂਸਰੇ ਪਾਸੇ ਕੰਗਨਾ ਰਣੌਤ ਦੀਆਂ ਇਹ ਤਸਵੀਰਾਂ ਤੁਹਾਨੂੰ ਉਸ ਵੇਲੇ ਦੀਆਂ ਦਿਖਾ ਰਹੇ ਹਾਂ ਜਦੋਂ
ਕਿਉਂਕਿ ਉਹ ਵੀ ਕਾਫੀ ਜ਼ਿਆਦਾ ਤਨਖੀਹ ਦੇ ਵਿੱਚ ਏਅਰਪੋਰਟ 'ਤੇ ਨਜ਼ਰ ਆਏ ਸੀ। ਦੂਜੀ ਤਸਵੀਰ ਇੱਕ ਸਾਂਝੀ ਕੀਤੀ ਗਈ ਤਾਂ ਹੁਣ ਇਸ ਸਾਰੇ ਮਾਮਲੇ 'ਚ FIR ਦਰਜ ਹੋ ਗਈ।